ਬੋਤਲ ਦੇ ਢੱਕਣ ਨੂੰ ਕਮਾਉਣ ਨਾਲ ਇੱਕ ਕਮਾਲ ਦੀ ਟਰਬਾਈਨ ਬਣਾਈ ਜਾ ਸਕਦੀ ਹੈ ਤੁਹਾਨੂੰ ਲੋੜ ਹੈ ਪੁਰਾਣੀ ਪਲਾਸਟਿਕ ਬੋਤਲ ਦੇ ਢੱਕਣ ਦੀ ਉਹਨਾਂ ਨੂੰ ਟਰਬਾਈਨ ਦੇ 6 ਵੀਨਸ ਵਿੱਚ ਕੱਟ ਲਓ ਤੇ ਵਿਚਕਾਰ ਗਲੀ ਕੱਢੋ ਤੇ ਇੱਕ ਛੋਟੀ ਸਟਰਾ ਨੂੰ ਤਾਰ ਦੇ ਸਹਾਰੇ ਜੋੜ ਦਿਓ ਢੱਕਣ ਨੂੰ ਇੱਕ ਤਾਰ ਉੱਪਰ ਰੱਖ ਦਿਓ ਤਾਰ ਦੇ ਅੰਤਲੇ ਹਿੱਸੇ ਤੇ ਚੱਕਰ ਬਣਾਓ ਤਾਂ ਕਿ ਤਾਰ ਥੱਲੇ ਨਾ ਡਿੱਗੇ ਤਾਰ ਨੂੰ ਸਟਰੌ ਨਾਲ ਜੋੜ ਦਿਓ ਹੁਣ ਜੇ ਤੁਸੀਂ ਸਟਰੌ ਵਿੱਚ ਫੂਕ ਮਾਰੋਗੇ ਤਾਂ ਟੱਕਣ ਉਤੇ ਲੱਗੇ ਵੇਨਸ ਟਰਬਾਈਨ ਵਾਂਗ ਘੁੰਮਣਗੇ ਇਹ ਬਹੁਤ ਮਜ਼ੇਦਾਰ ਹੈ ਇਸ ਤੇ ਕੋਈ ਖਰਚ ਨਹੀਂ ਹੁੰਦਾ ਕਿਉਂਕਿ ਇਹ ਪੁਰਾਣੀ ਪਲਾਸਟਿਕ ਬੋਤਲ ਦੇ ਟੱਕਣ ਦੇ ਸਹਾਰੇ ਬਣਿਆ ਹੈ ਤੇ ਇਹ ਬਹੁਤ ਵਧੀਆ ਹੈ